फिर आगे बढ़ी। जंपिंग कार
ਵਾਲਾ ਆ ਗਿਆ ਮਿੱਤਰੋ, ਤੇ ਫਿਰ ਟਰੈਕਟਰ ਲਿਆ ਕੇ ਘਰੇ ਖੜੇ ਕਰ ਲਏ ਆ। ਹੁਣ ਗ੍ਰਿਪ ਵੀ ਸਹੀ ਬਣ ਗਈ, ਵਧੀਆ ਆ ਗਿਆ। ਹੁਣ ਫਿਰ ਟਰਾਲੇ ਤੇ ਲੱਦਣੇ ਆ, ਲੋਡ ਕਰ ਦੇਣੇ ਆ। ਸਕੂਲ ਦੇ ਨਿਆਣੇ ਦਾ ਮਿੱਤਰੋ ਰਿਐਕਸ਼ਨ ਵੇਖਣਾ, ਪ੍ਰੈਸ਼ਰ ਕਿੱਧਰ ਸੈੱਟ ਕਰਾਉਣਾ।
ਬੈਡ ਨਿਊਜ਼ ਹੁਣੇ ਆਈ ਇੱਕ, 3:01 ਤੇ ਦੱਸਿਓ ਵੀ ਅੱਜ ਥੋੜਾ ਕੀ ਭਣਾ ਵਰਤਿਆ, ਟਾਈਟਰ ਪੂਰੇ ਤਿਆਰ ਖਲੋਤੇ ਹੋ, ਦੱਸੇ ਮੈਨੂੰ ਕੀ ਹੋਇਆ ਅਮਨ? ਕੁਛ ਨੀ ਹੋ ਗਿਆ, ਬਸ ਘੱਟਾ ਹੀ ਪੈ ਗਿਆ ਅੱਖਾਂ 'ਚ, ਹੁਣ ਨੀ ਸੌਂਦਾ, ਬੋਲੇ ਹੋ ਗਏ, ਅੰਨੇ ਹੋ ਗਏ ਹੁਣ, ਟਾਈਟਰ ਜ਼ਿਆਦਾ ਤਗੜੇ ਨਿਕਲ ਰਹੇ ਆ। ਸਾਡੇ ਆਡੀਅੰਸ ਨੂੰ ਦੱਸੋ ਨਾ, ਟਰੈਕਟਰ ਦੋਵੇਂ ਤਿਆਰ ਤੇ ਟਰਾਲਾ ਆਉਂਦਿਆ ਸੀ, ਉਹ ਵੀ ਕੈਪਚਰ ਕਰ ਲਾਂਗੇ ਜੇ ਆ ਗਿਆ ਵਿੱਚ, ਤੇ 10-18 ਫੁੱਟ ਕੈਂਸਲ ਹੋ ਗਿਆ ਟੂਰਨਾਮੈਂਟ ਮਿੱਤਰੋ, ਅਫਸੋਸ ਵਾਲੀ ਗੱਲ। ਹੁਣ ਆ ਲੋ ਮਿੱਤਰੋ, ਵੇਟ ਵੂਟ ਆ ਪਏ ਜੋ ਲੱਥ ਗਿਆ ਚਾਹ, ਤੁਹਾਡੀ ਕਿਸਮਤ 'ਚ ਹੈਗਾ ਸੀ ਵਲੋਗ ਵਲੂ ਵੇਖਣੇ ਇਹੋ ਜਿਹੇ ਪੰਗੇ, ਤੁਸੀਂ ਵੇਖ ਲਿਆ ਔਖਾ ਹੋ ਗਿਆ ਬਾਈ, ਬਹੁਤ ਬੜਾ ਦਿਮਾਗ ਖਰਾਬ ਹੋ ਗਿਆ ਹੁਣ। ਅਮਨ ਨੇ ਤੇ ਵੇਟ ਵੂਟ ਲਾ ਕੇ ਬੰਫਰ ਵੀ ਕੱਸਤਾ ਇੱਕਦਮ, ਇਹ ਯਾਰ ਸਭ ਤੋਂ ਵੱਡਾ ਧੱਕਾ ਲੱਗਦਾ ਫਿਰ ਇਹੋ ਜਿਹਾ ਨਾ, ਕਿੱਡੀ ਮੁੰਡਿਆਂ ਨੇ ਮਿਹਨਤ ਕੀਤੀ ਕੁੜੀ ਹੋਈ ਹੈ, ਆਹ ਚਾਚੇ ਦੀ ਫੁੱਲ ਸਪੋਰਟ ਸੀ ਸਾਨੂੰ, ਮਗਰ ਪਰ ਕੀ ਕਰ, ਉਹ ਕੀ ਕਰਨ ਲੱਗਾ ਮੈਨੂੰ ਉਤਾਰ ਦੇ ਪਹਿਲਾਂ ਭਰਾਵਾ, ਉਹ ਕਿੱਥੇ ਚੱਲਿਆ ਵਾ ਬਾਈ? ਜਦੋਂ ਗਰੁੱਪ 'ਚ ਮੈਸੇਜ ਵੇਖਿਆ ਟੂਰਨਾਮੈਂਟ ਕੈਂਸਲ ਹੋ ਗਿਆ, ਕਸਮ ਨਾਲ ਬਹੁਤ ਮਿੱਤਰੋ ਦੁੱਖ ਲੱਗਾ, ਸਾਡੇ ਦਾ ਗਰੁੱਪ ਜਿਹੜਾ ਵਾ ਡੈਵਲ ਗਰੁੱਪ, ਉਹ ਤਾਂ ਸਦਮੇ 'ਚ ਚਲੇ ਗਿਆ ਵਾ ਕਿ ਕੈਂਸਲ ਕਿਵੇਂ ਹੋ ਗਿਆ ਵਾ, ਬਹੁਤ ਮਿੱਤਰੋ ਧੱਕਾ ਹੋਇਆ, ਇੰਨੀ ਮਿਹਨਤ।